ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਬਕਾ ਸਰਪੰਚ ਮੈਂ ਸੀ ਜੀ ਸਟਾਫ ਮੋਹਾਲੀ ਤੋਂ ਜੀ ਸਬ ਇੰਸਪੈਕਟਰ ਠੀਕ ਹੈ ਜੀ ਤੁਸੀਂ ਮੈਨੂੰ ਕਹਿੰਦਾ ਮੈਂ ਜੋ ਕਹਿੰਦਾ ਅਰੈਸਟ ਕਰਨ ਬਿਲਕੁਲ ਆਏ ਪੁਲਿਸ ਤੁਹਾਡੇ ਨਾਲ ਗੱਲ ਹੋਈ ਹੈ ਨਾ ਬਾਈ ਜੀ ਮੈਂ ਤੁਹਾਡੇ ਸਰਕਾਰ ਦੇ ਖਿਲਾਫ ਗੱਲ ਕੀਤੀ ਹੈ ਤੁਸੀਂ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਕੱਲੀ ਕੱਲੀ ਗੱਲ ਹੋਈ ਸਾਡੀ ਹੁਣ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਦਰਜ ਹੈ ਉਹ ਦੱਸ ਦਿੰਦੇ ਤੁਹਾਨੂੰ ਬਰੰਟ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਜਾਣ ਦੀ ਐਫ ਆਈ ਆਰ ਦੇ ਵਿਚ ਬਰੰਟ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਤਾਂ ਲੋੜ ਹੈ ਜੇ ਥੋੜੀ ਅਸੀਂ ਕੰਧ ਪਾੜ ਕੇ ਟੱਪਾ ਪਹਿਲੀ ਗੱਲ ਬਾਈ ਜੀ ਅਰੈਸਟ ਕਰਨ ਖਾਤਰ ਬਰੰਟ ਦਿਖਾਉਣੇ ਜ਼ਰੂਰੀ ਹੋਈ ਗੱਲ ਨਹੀਂ ਤੁਹਾਡਾ ਵਕੀਲ ਦੱਸ ਦੇਵੇ ਤੁਹਾਡਾ ਵਕੀਲ ਦੱਸ ਦੇਵੇ ਵਕੀਲ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਸਾਡੇ ਕੋਲ ਪਾਵਰ ਆ ਸਾਡੇ ਕੋਲ ਮੰਨਦਾ ਤੁਹਾਡੇ ਕੋਲ ਪਾਵਰ ਆ ਪਰ ਤੁਹਾਡਾ ਫਰਜ਼ ਆ ਬਰੰਟ ਦਿਖਾਉਣ ਦਾ ਸਾਨੂੰ ਬਰੰਟਾਂ ਦੀ ਜ਼ਰੂਰਤ ਨਹੀਂ ਹੈ ਮੈਂ ਜੋ ਕਹਿ ਰਿਹਾ ਹੁਣ ਚਲੋ ਜਾਣਾ ਪੈਣਾ ਆਪਾਂ ਮੋਹਾਲੀ ਜਾਣਾ ਠੀਕ ਹੈ ਆਈ ਟੀ ਸਿੱਧੀ ਥਾਣੇ ਪੁਲਿਸ ਸਟੇਸ਼ਨ ਥੋੜੀ ਐਫ ਆਈ ਆਰ ਲਾਉਣੀ ਸੈਕਸ਼ਨ ਹੀ ਦੱਸ ਰਿਹਾ ਮੈਂ ਹੁਣ 67 ਆਈ ਟੀ ਸਿਟੀ ਉਹ ਤੁਹਾਨੂੰ ਤੁਸੀਂ ਪੁੱਛੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਸਾਰਾ ਕੁਛ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਹੈ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਚਲੋ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਸਾਨੂੰ ਆਪਣੀ ਡਿਊਟੀ ਕਰਨ ਦੋ ਤੁਸੀਂ ਡਿਊਟੀ ਵਿਘਨ ਪਾਉਂਗੇ ਸੁਣੋ ਬ੍ਰਦਰ ਅਗਰ ਤੁਸੀਂ ਡਿਊਟੀ ਚ ਵਿਘਨ ਪਾਉਂਗੇ ਮੈਂ ਇੱਥੇ ਹੁਣੇ ਨਹੀਂ ਪਾਉਂਦੇ ਵਿਘਣ ਕਿਉਂ ਪਾਵਾਂਗੇ ਕੱਪੜੇ ਪਾ ਲੈਣ ਇੱਕ ਮਿੰਟ ਰੁਕੋ ਮੈਂ ਮਨਾ ਕੀਤਾ ਵੀ ਕੱਪੜੇ ਨਹੀਂ ਪਾਣੇ ਤੁਸੀਂ ਪਾ ਰਹੇ ਪਾ ਰਹੇ ਤੁਸੀਂ ਸਾਨੂੰ ਕੁਐਸਚਨ ਨਹੀਂ ਤੁਸੀਂ ਪਾ ਰਹੇ ਕੋਈ ਨੀ ਤੁਸੀਂ ਵੀਡੀਓ ਬਣਾ ਸਾਡੀ ਵੀਡੀਓ ਲਾ ਕੋਈ ਪ੍ਰੋਬਲਮ ਤੁਸੀਂ ਮੈਨੂੰ ਇਹ ਦੱਸੋ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨੀ
ਉਹ ਕੀ ਹੁੰਦਾ ਕੋਰੋਨਾ ਨੀ ਉਹਨੂੰ ਕੀ ਕਹਿੰਦੇ ਹਸਪਿਟਲ ਭਾਈ ਮੇਰੇ ਦਵਾਈ ਲੈ ਕੇ ਚਲੋ।